temperature. Surprise! ਬੇਟਾ ਇਹ ਸਭ ਦੀ ਪਾਪਾ ਇਹ ਮੇਰੀ ਪਹਿਲੀ ਸੈਲਰੀ ਆ ਤੇ ਇਸ ਤੇ ਪਹਿਲਾ ਹੱਕ ਤੁਹਾਡਾ ਹੀ ਬਣਦਾ ਨਾਲੇ ਇੱਕ ਸਰਪ੍ਰਾਈਜ਼ ਹੋਰ ਵੀ ਆ ਬੇਟਾ ਤੂੰ ਚਾਹੁੰਦੀ ਸੀ ਨਾ ਰਜਿਸਟਰਡ ਨਰਸ ਬਣਨਾ ਮੈਂ ਤੇਰੀ ਐਡਮਿਸ਼ਨ ਦੀ ਗੱਲ ਫਾਈਨਲ ਕਰ ਦਿੱਤੀ ਹੈ ਪਾਪਾ ਮੈਂ ਚਾਹੁੰਦੀ ਸੀ ਰਜਿਸਟਰਡ ਨਰਸ ਬਣਨਾ ਬਟ ਹੁਣ ਇੱਥੇ ਕੋਈ ਫਾਇਦਾ ਹੀ ਨਹੀਂ ਨਰਸ ਬਣਨ ਦਾ ਸੈਲਰੀ ਨਾ ਦੇ ਬਰਾਬਰ ਹੈ ਤੇ ਜੋਬ ਅਪਰਚੁਨਿਟੀ ਤਾਂ ਹੈ ਹੀ ਨਹੀਂ ਪਹਿਲਾਂ ਜੀਐਨਐਮ ਕਰੋ ਫਿਰ ਜੋਬ ਲਈ ਧੱਕੇ ਖਾਓ ਮੈਂ ਤਾਂ ਹੁਣ ਆਸਟ੍ਰੇਲੀਆ ਜਾ ਕੇ ਇੰਟਰਨੈਸ਼ਨਲ ਨਰਸ ਹੀ ਬਣਨਾ ਉੱਥੇ ਸੈਲਰੀ ਵੀ ਵਧੀਆ ਨਾਲੇ ਫਿਊਚਰ ਵੀ ਮੈਂ ਕਹਤਾ ਬਸ ਬੇਟਾ ਪਹਿਲਾਂ ਪੂਰੀ ਗੱਲ ਸੁਣ ਤਾਂ ਲਿਆ ਕਰ ਆ ਦੇਖ ਤੂੰ ਇਸ ਕੋਰਸ ਨਾਲ ਇੱਥੋਂ ਹੀ ਆਸਟ੍ਰੇਲੀਆ ਦੀ ਰਜਿਸਟਰਡ ਨਰਸ ਬਣ ਕੇ ਪੀਆਰ ਲੈ ਸਕਦੀ ਹੈ ਸੱਚੀ ਪਾਪਾ ਹਾਂ ਇੰਟਰਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਦੁਆਰਾ ਮੋਹਾਲੀ ਵਿੱਚ ਹੁਣ GNM ਨਰਸਿਸ ਨੂੰ ਆਸਟ੍ਰੇਲੀਆ ਬੀਜਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹੁਣ ਆਸਟ੍ਰੇਲੀਆ ਜਾਣ ਲਈ ਗ੍ਰੈਜੂਏਸ਼ਨ ਮਾਸਟਰ ਇਨ ਨਰਸਿੰਗ ਤੇ ਆਈਲਟਸ ਕਰਨ ਦੀ ਕੋਈ ਲੋੜ ਨਹੀਂ ਇਸ ਕੋਰਸ ਨਾਲ ਤੁਸੀਂ ਸਿਰਫ 1 ਸਾਲ ਦੇ ਵਿੱਚ ਆਸਟ੍ਰੇਲੀਆ ਦੀ ਰਜਿਸਟਰਡ ਨਰਸ ਬਣ ਕੇ PR ਲੈ ਸਕਦੇ ਹੋ ਇਹ ਸੈਕਿੰਡ ਸਰਪ੍ਰਾਈਜ਼ ਸੀ ਨਾ ਅੱਛਾ ਇਹ ਸੀ ਹੈ ਇੰਟਰਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਬਾਈ SOIS ਮੋਹਾਲੀ ਅੱਜ ਹੀ ਜੁਆਇਨ ਕਰੋ ਐਡਮਿਸ਼ਨ ਓਪਨ ਫਾਰ 2019